ਪੀਡਵਾ ਤੁਹਾਨੂੰ ਸਵਾਗਤ ਹੈ ਪ੍ਰੋਗਰਾਮ ਸੱਚ 사ਚ ਵਿੱਚ ਡਾਕਟਰ ਸਾਹਿਬ ਸਾਡੀ ਪਹਿਲੀ ਈਮੇਲ ਆਈ ਹੈ ਇੰਗਲੈਂਡ ਤੋਂ ਵੀਰ ਹਰਜਿੰਦਰ ਸਿੰਘ ਜੀ ਤੇ ਇਹ ਲਿਖਦੇ ਹਨ ਡਾਕਟਰ ਮਜੀਤ ਸਿੰਘ ਜੀ ਤੇ ਨੀਲਮਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਪ੍ਰੋਗਰਾਮ ਪਿਛਲੇ ਸਾਲ ਤੋਂ ਲਗਾਤਾਰਤਾ ਨਾਲ ਦੇਖਦੇ ਆ ਹਾਂ ਜੋ ਕਿ ਬਹੁਤ ਗਿਆਨ ਭਰਪੂਰ ਹੁੰਦਾ ਹੈ ਤੇ ਮੈਂ ਆਪ ਸੌਰੀ ਤੇ ਇਥੋਂ ਹਰ ਪ੍ਰਕਾਰ ਦੇ ਵਿਸ਼ੇ ਤੇ ਆਪ ਵੱਲੋਂ ਕੀਤੀਆਂ ਜਾਂਦੀਆਂ ਟਿੱਪਣੀਆਂ ਨਾਲ ਸਰੋਤਿਆਂ ਦੇ ਮਨਾਂ ਦੇ ਪਰਮ ਪਲੇਖੇ ਦੂਰ ਹੁੰਦੇ ਹਨ ਉਹ ਚਾਹੇ ਤਰੰਬਾਰੇ ਹੋਣ ਜਾਂ ਕੌਮੀਕਾਰ ਖਾਲਸਤਾਨ ਬਾਰੇ ਪ੍ਰਮਾਤਮਾ ਕਰੇ ਸਾਨੂੰ ਇਹ ਜੋ ਪਲੇਟਫਾਰਮ ਟੀਵੀ 84 ਦੇ ਰੂਪ ਵਿੱਚ ਮਿਲਿਆ ਹੈ ਇਸੇ ਤਰ੍ਹਾਂ ਸਫਲਤਾ ਵੱਲ ਵਧਦਾ ਰਹੇ ਤੇ ਕੌਮ ਨੂੰ ਸੇਧ ਦਿੰਦਾ ਰਹੇ ਚੋਣਾਂ ਦੇ ਇਸ ਸਮੇਂ ਆਮ ਪਾਰਟੀ ਬਾਰੇ ਆਪਦੇ ਨਜ਼ਰੀਏ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਬੇਸ਼ੱਕ ਅਸੀਂ ਜਾਣਦੇ ਹਾਂ ਕਿ ਸਿੱਖ ਮੁੱਦਿਆਂ ਤੇ ਆਮ ਪਾਰਟੀ ਕੋਲੋਂ ਬਹੁਤੀ ਆਸ ਕਰਨੀ ਕੋਈ ਸਿਆਣਪ ਨਹੀਂ ਪਰ ਮੈਂ ਸੋਚਦਾ ਹਾਂ ਕਿ ਘੱਟੋ ਘੱਟ ਸਾਡੀਆਂ ਪੰਥਕ ਧਿਰਾਂ ਆਪਣੇ ਕੌਮੀ ਮਸਲੇ ਜੋ ਕਿ ਅਸੂਲਨ ਸਾਡੇ ਹੱਕ ਨੇ ਜਿਵੇਂ ਪਾਣੀਆਂ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਪੰਜਾਬੀ ਬੋਲਦੇ ਇਲਾਕੇ ਵੱਧ ਅਧਿਕਾਰਾਂ ਦਾ ਮਸਲਾ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣਾ ਆਦਿ ਉਹਨਾਂ ਅੱਗੇ ਜ਼ਰੂਰ ਰੱਖਦੇ ਜਿਸ ਨਾਲ ਇਹਨਾਂ ਦਾ ਇਸ ਪ੍ਰਤੀ ਸਟੈਂਡ ਵੀ ਸਪਸ਼ਟ ਹੋ ਜਾਂਦਾ ਤੇ ਆਮ ਪਬਲਿਕ ਦਾ ਇਹਨਾਂ ਪ੍ਰਤੀ ਝੁਕਾਅ ਵੀ ਰੋਕਿਆ ਜਾ ਸਕਦਾ ਸੀ ਇਸ ਦੇ ਨਾਲ ਹੀ ਸਮਾਪਤੀ ਕਰਦਾ ਹੋਇਆ ਭੁੱਲਾਂ ਦੀ ਖੀਮਾ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਹਰਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਯੂਕੇ ਤੋਂ ਲਿਖਿਆ ਜੀ ਅ ਉਹਨਾਂ ਨੂੰ ਪ੍ਰੋਗਰਾਮ ਗਿਆਨ ਭਰਪੂਰ ਲੱਗਦਾ ਹੈ ਵਿਸ਼ਿਆਂ ਦੇ ਉੱਤੇ ਅਡ-ਅਡ ਧਾਰਮਿਕ ਜਾਂ ਸਿਆਸੀ ਸਾਡੀਆਂ ਟਿੱਪਣੀਆਂ ਵੀ ਉਹਨਾਂ ਨੂੰ ਬਹੁਤ ਪਸੰਦ ਨੇ ਜੀ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਅਸੀਂ ਇੱਕ ਪਲੇਟਫਾਰਮ ਰਹੀਆ ਕਿ ਤੈਸ ਇੱਕ ਜਗਤ ਨੂੰ ਜਿੱਥੇ ਕਿ ਆਪਸੀ ਮਸਲੇ ਕੌਮੀ ਘਰ ਸਬੰਧੀ ਮਸਲੇ ਜਿਹੜੇ ਨੇ ਉਹਨਾਂ ਨੂੰ ਅਸੀਂ ਵਿਚਾਰ ਅਤਿੰਦੇ ਆਂਦੇ ਜੀ ਜੀ ਉਹਨਾਂ ਦਾ ਸਵਾਲ ਜਾਂ ਉਹਨਾਂ ਦੀ ਜਿਹੜੀ ਧਾਰਨਾ ਹੈ ਉਹ ਚੋਣਾਂ 'ਚ ਆਮ ਆਦਮੀ ਪਾਰਟੀ ਬਾਰੇ ਉਹਨਾਂ ਨੇ ਕਿਹਾ ਕਿ ਵੀ ਉਹ ਸਹਿਮਤ ਨੇ ਜੋ ਸਾਡਾ ਇਸ ਬਾਰੇ ਸਿੱਟਾ ਕੱਢਿਆ ਪਰ ਉਹਨਾਂ ਨੇ ਕਿਹਾ ਵੀ ਚੰਗਾ ਹੁੰਦਾ ਹੈ ਵੀ ਸਾਡੀਆਂ ਤਿਹਰਾ ਵਾਧਤਕਾਰਾਂ ਦਾ ਮਸਲਾ ਚੰਡੀਗੜ੍ਹ ਦਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਪਾਣੀਆ ਸੰਬੰਧੀ ਇਹਨਾਂ ਮਸਲਿਆਂ ਨੂੰ ਆਮ ਆਦਮੀ ਪਾਰਟੀ ਦੇ ਨੋਟਿਸ 'ਚ ਲਿਆਉਂਦੇ ਜੀ ਔਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਜ਼ੇਰੇ ਨਜ਼ਰ ਕਰਦੇ ਤਾਂ ਕਿ ਇਸ ਤੇ ਆਪਣੀ ਪੋਜੀਸ਼ਨ ਸਪਸ਼ਟ ਕਰਦੇ ਜੀ ਜੀ ਅ ਦੇਖੋ ਮੈਨੂੰ ਇਹ ਪਤਾ ਹੈ ਕਿ ਇੱਕ ਹਾਈ ਪਾਵਰਡ ਡੈਲੀਗੇਸ਼ਨ ਜਿਸ ਵਿੱਚ 6-7 ਚੰਗੇ ਪ੍ਰਮੁੱਖ ਬੁੱਧੀਜੀਵੀ ਔਰ ਕੁਝ ਰਿਟਾਇਰਡ ਆਰਮੀ ਆਫੀਸਰ ਜਨਰਲ ਰੈਂਕ ਦੇ ਇਹ ਸਾਰੇ ਸ਼ਾਮਿਲ ਸਨ ਇਹ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਚੰਡੀਗੜ੍ਹ ਚ ਕੇਜਰੀਵਾਲ ਉਹਨਾਂ ਨੂੰ ਮਿਲੇ ਸੀ ਉਹਨਾਂ ਚੋਂ ਹੀ ਡੈਲੀਗੇਸ਼ਨ ਦੇ ਇੱਕ ਮੈਂਬਰ ਨਾਲ ਮੇਰੀ ਗੱਲਬਾਤ ਵੀ ਹੋਈ ਸੀ ਆਫ ਦਾ ਰਿਕਾਰਡ ਜੀ ਅ ਉਹਨਾਂ ਨੇ ਕਿਹਾ ਸੀ ਕਿ ਭਈ ਬੇਸ਼ੱਕ ਉਹ ਕਾਫੀ ਬਿਮਾਰ ਸੀ ਖਾਂਸੀ ਸੀ ਉਹਨਾਂ ਨੂੰ ਕੇਜਰੀਵਾਲ ਉਹਨਾਂ ਨੂੰ ਪਰ ਉਹਨਾਂ ਨੇ ਸਾਨੂੰ ਲਗਭਗ ਅੱਧੇ ਪੌਣੇ ਪੌਣੇ ਘੰਟੇ ਦਾ ਟਾਈਮ ਦਿੱਤਾ ਅਧੇ ਘੰਟੇ ਦਾ ਦਿੱਤਾ ਸੀ ਪਰ 45 ਮਿੰਟ ਅਸੀਂ ਗੱਲਬਾਤ ਕੀਤੀ ਜੀ ਔਰ ਅਸੀਂ ਇਹ ਜਿਹੜੇ ਵਿਸ਼ੇ ਨੇ ਇਹ ਡਿਸਕਸ ਉਹਨਾਂ ਦੇ ਨਾਲ ਕੀਤੇ ਔਰ ਇਹਨਾਂ ਦੇ ਅਬਵ ਜਿਹੜਾ ਉਹ ਚਾਹੁੰਦੇ ਸੀ ਕਿ ਵੀ ਕਾਫੀ ਹਾਈਲਾਈਟ ਹੁੰਦਾ ਵਿਸ਼ਾ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਹਰ ਪਾਸੇ ਪ੍ਰਸ਼ਟ ਲੋਕਾਂ ਦੀ ਗੱਲ ਕੀਤੀ ਹੈ ਵੀ ਇਹ ਭ੍ਰਿਸ਼ਟਾਚਾਰ ਦੇ ਅੰਡੇ ਨੇ ਉਹਨਾਂ ਦੇ ਖਿਲਾਫ ਤੁਸੀਂ ਕੈਂਡੀਡੇਟ ਵੀ ਖੜੇ ਕੀਤੇ ਨੇ ਜੀ ਪਰ ਜਿਹੜਾ ਸਾਡੀ ਧਰਤੀ ਤੇ ਭ੍ਰਿਸ਼ਟਾਚਾਰ ਦਾ ਸਪਰਿੰਗ ਹੈ ਚਸ਼ਮਾ ਫੁੱਟਿਆ ਹੈ ਭ੍ਰਿਸ਼ਟਾਚਾਰ ਦਾ ਪ੍ਰਕਾਸ਼ ਸਿੰਘ ਬਾਦਲ ਜੀ ਇਹਦੇ ਬਾਰੇ ਤੁਸੀਂ ਕੋਈ ਗੱਲ ਨਹੀਂ ਕੀਤੀ ਔਰ ਉਹਨਾਂ ਨੇ ਉਹਨਾਂ ਨੂੰ ਸੁਜੈਸਟ ਵੀ ਕੀਤਾ ਸੀ ਕਿ ਵੀ ਤੁਸੀਂ ਇਸ ਨੂੰ ਮੁੱਦਾ ਬਣਾ ਕੇ ਜਿਹੜਾ ਗੱਲ ਨੂੰ ਅੱਗੇ ਤੋਰੋ ਜੀ ਲੇਕਿਨ ਉਹਨਾਂ ਨੇ ਕਿਹਾ ਵੀ ਬੇਸ਼ੱਕ ਉਹ ਬੜੇ ਵਾਰਮ ਸੀ ਸੱਖਾਂ ਬਾਰੇ ਉਹਨਾਂ ਨੇ ਆਪਣਾ ਅੱਛਾ ਜੈਸਚਰ ਦਿਖਾਏ ਲੇਕਿਨ ਉਹ ਨਾਨ ਕਮਿਟਲ ਸੀ ਉਹਨਾਂ ਨੇ ਕਿਸੇ ਗੱਲ ਬਾਰੇ ਵੀ ਕੋਈ ਕਮਿਟ ਨਹੀਂ ਕੀਤਾ ਔਰ ਅਜੇ ਤੱਕ ਵੀ ਇਸ 'ਚੋਂ ਕਿਸੇ ਮੁੱਦੇ ਤੇ ਉਹਨਾਂ ਦੀ ਕੋਈ ਲਾਈਨ ਨਹੀਂ ਆਈ ਇਸ ਤੋਂ ਇਲਾਵਾ ਸ਼ਸ਼ੀਕਾਂਤ ਜਿਹੜੇ ਡਾਇਰੈਕਟਰ ਜਨਰਲ ਪ੍ਰਿਜ਼ਨਸ ਰਹੇ ਔਰ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਜੇ ਕਿਸੇ ਨੇ ਬੂਸਟ ਦੇਣ ਦੀ ਕੋਸ਼ਿਸ਼ ਕੀਤੀ ਸ਼ੁਰੂ ਦੇ ਵਿੱਚ ਹੀ ਔਰ ਉਹਨਾਂ ਦੇ ਨੂੰ ਇੱਕ ਸਟੇਜ ਤੇ ਇੰਨ ਲੱਗਦਾ ਸੀ ਵੀ ਸਾਰੇ ਆਰਗੇਨਾਈਜ਼ੇਸ਼ਨਲ ਰਾਈਟਸ ਜਿਹੜੇ ਨੇ ਉਹਨਾਂ ਦੇ ਕੋਲ ਨੇ ਜੀ ਪਰ ਇੱਕ ਸਟੇਜ ਤੇ ਉਹ ਵੀ ਫਰਸਟ੍ਰੇਟ ਹੋ ਕੇ ਇੱਕ ਵਾਰੀ ਤਾਂ ਉਹਨਾਂ ਨੇ ਰਿਜ਼ਾਈਨ ਵੀ ਕਰ ਦਿੱਤਾ ਸੀ ਫਿਰ ਉਹਨਾਂ ਨੂੰ ਰਿਜ਼ਾਈਨ ਤੋਂ ਵਾਪਸ ਲੈਣ ਲਈ ਮੇਰਾ ਖਿਆਲ ਹੈ ਮਨਾ ਲਿਆ ਗਿਆ ਪਰ ਪਿਛਲੇ ਕਈ ਹਫ਼ਤਿਆਂ ਤੋਂ ਅਸੀਂ ਉਹਨਾਂ ਦਾ ਨਾ ਅਖਬਾਰ 'ਚ ਨਹੀਂ ਦੇਖਿਆ ਔਰ ਇਸ ਤੋਂ ਜ਼ਾੜ ਹੈ ਵੀ ਉਹ ਵੀ ਇਸ ਰਿੰਗ 'ਚੋਂ ਬਾਹਰ ਹੋਏ ਨੇ ਔਰ ਉਹਨਾਂ ਦੇ ਨਾਲ ਜਿਹੜੀ ਸਿੱਧੇ ਤੌਰ ਤੇ ਤਾਂ ਨਹੀਂ ਗੱਲ ਹੋਈ ਸਿੱਧੇ ਤੌਰ ਤੇ ਸਾਡੇ ਇੱਕ ਰਿਲਾਇਬਲ ਸਾਧਨ ਰਾਹੀਂ ਜਦੋਂ ਗੱਲਬਾਤ ਹੋਈ ਕਿ ਵੀ ਤੁਸੀਂ ਉਹ ਇਨੇ ਜੋਸ਼ ਉਤਸ਼ਾਹ ਦੇ ਨਾਲ ਆਏ ਸੀ ਔਰ ਤੁਸੀਂ ਬਿਲਕੁਲ ਪਾਸੇ ਕਿਉਂ ਹੋ ਗਏ ਲੰਬੇ ਹੋ ਗਏ ਜੀ ਸੋਨਾ ਨੇ ਇੱਕ ਦੋ ਬੰਦਿਆਂ ਵੱਲ ਇਸ਼ਾਰਾ ਕੀਤਾ ਕਿ ਵੀ ਉਹ ਕਾਫੀ ਪ੍ਰਭਾਵਿਤ ਕਰ ਰਹੇ ਨੇ ਕਿ ਜਦੀਵਾਲ ਨੂੰ ਔਰ ਨਾ ਪੱਕੀ ਉਹ ਗੱਲਾਂ ਉਹਨਾਂ ਨੂੰ ਸਮਝਾਉਂਦੇ ਨੇ ਜੀ ਪਰ ਉਹਨਾਂ ਨੂੰ ਜ਼ਿਆਦਾ ਇਸ ਗੱਲ ਦਾ ਸੀ ਕਿ ਵੀ ਉਹ ਚਾਹੁੰਦੇ ਸੀ ਕਿ ਡਰੱਗਸ ਦਾ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਜਿਵੇਂ ਜਿਹੜੇ ਪੋਲੀਟੀਸ਼ੀਅਨ ਪੂਰੀ ਕਾਟਰੀ ਪੁਲਿਸ ਤੋਂ ਨਾਲ ਰੱਖ ਕੇ ਔਰ ਸਮਗਲਰਸ ਨਾਲ ਪੰਜਾਬ ਦੀ ਸਾਰੀ ਜਵਾਨੀ ਨੂੰ ਡਰੱਗਸ ਦੇ حوالے ਕੀਤਾ ਸ਼ਸ਼ੀਕਾਂਤ ਚਾਹੁੰਦੇ ਸੀ ਵੀ ਇਹ ਮਸਲਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਉਠਾਏ ਜੀ ਔਰ ਜੇ ਉਸ ਡੈਲੀਗੇਸ਼ਨ ਦੀ ਗੱਲ ਮੈਂ ਕੀਤੀ ਆ ਉਹ ਚਾਹੁੰਦੇ ਸੀ ਵੀ ਭ੍ਰਸ਼ਟਾਚਾਰ ਦਾ ਮਸਲਾ ਉਠਾਏ ਸੋ ਅਸੀਂ ਸਮਝਦੇ ਹਾਂ ਵੀ ਇਵਨ ਇਹਨਾਂ ਦੋ ਮੁੱਦਿਆਂ ਤੇ ਵੀ ਪਾਣੀਆਂ ਬਾਰੇ ਜਾਂ ਦੂਸਰੇ ਮੁੱਦਿਆਂ ਬਾਰੇ ਤਾਂ ਸ਼ਾਇਦ ਕੇਜਰੀਵਾਲ ਨੇ ਕੋਈ ਪੋਜੀਸ਼ਨ ਨਹੀਂ ਰਹਿਣੀ ਕਿਉਂਕਿ ਉਹ ਹਰਿਆਣਾ ਵੀ ਹੈ ਔਰ ਹਰਿਆਣੇ ਦੇ ਵਿੱਚ ਉਹ ਕਾਊਂਟ ਕਰਦੇ ਨੇ ਕਿ ਕੁਝ ਸੀਟਾਂ ਲਿਜਾਣਗੇ ਪਾਣੀਆਂ ਦਾ ਮੁੱਦੇ ਦਾ ਮਤਲਬ ਤੇ ਇਸੇ ਤਰ੍ਹਾਂ ਰਾਜਸਥਾਨ 'ਚ ਵੀ ਉਹ ਅੱਜ ਉਹਨਾਂ ਦੇ ਉਮੀਦਵਾਰ ਨੇ ਸੋ ਮੈਂ ਨਹੀਂ ਸਮਝਦਾ ਵੀ ਇਸ ਲੈਵਲ ਤੇ ਜਦੋਂ ਬੰਦਾ ਹੁਣ ਉਹਨਾਂ ਨੇ ਕੁੱਲ 444 ਸੀਟਾਂ ਦੇ ਉਮੀਦਵਾਰ ਐਲਾਨੇ ਨੇ ਅੱਜ ਫਾਈਨਲ ਜਿਹੜਾ ਹੈ ਉਹਨਾਂ ਦੀ ਲਿਸਟ ਆਈ ਹੈ ਸ਼ਾਇਦ 19 ਕੈਂਡੀਡੇਟ ਉਹਨਾਂ ਨੇ ਅੱਜ ਐਲਾਨੇ ਨੇ ਉਹਦੇ ਵਿੱਚ ਆਲਮੋਸਟ ਪੰਜਾਬ ਦੇ ਉਹਨਾਂ ਦੇ ਕੈਂਡੀਡੇਟ ਸਾਰੇ ਮੁਕੰਮਲ ਹੋ ਗਏ ਨੇ ਪਰ ਮੈਂ ਸਮਝਦਾ ਹਾਂ ਵੀ ਜੇ ਇਹਨਾਂ ਦੋ ਮੁੱਦਿਆਂ ਤੇ ਜਿਹੜਾ ਕਿ ਭ੍ਰਿਸ਼ਟਾਚਾਰ ਜਿਸ ਦੀ ਮੰਗ ਇਸ ਡੈਲੀਗੇਸ਼ਨ ਨੇ ਕੀਤੀ ਔਰ ਜੈਨੂਇਨਲੀ ਔਰ ਮੈਂ ਇਹ ਸਮਝਦਾ ਹਾਂ ਵੀ ਮੈਨੂੰ ਨਹੀਂ ਲੱਗਦਾ ਵੀ ਕਦੇ ਉਮੀਦਵਾਰ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਕਿਸੇ ਦੀ ਕੋਈ ਬਹੁਤ ਚੰਗੀ ਜਿਹੜੀ ਹੈ ਉਹ ਪਰਫਾਰਮੈਂਸ ਹੋਏਗੀ ਜਿੱਤਣ ਦਾ ਚਾਂਸ ਵੀ ਸ਼ਾਇਦ ਇੱਕ ਅੱਧੇ ਦਾ ਕੋਈ ਦਾਰ ਲੱਗ ਜਾਏ ਹਾਲਾਂਕਿ ਤੀਸਰੀ ਧਿਰ ਦੇ ਤੌਰ ਤੇ ਆ ਜਾਣਗੇ ਵੋਟਾਂ ਪੰਜਾਬ ਜਾਂ 60-60000 ਲੈ ਜਾਣਗੇ ਪਰ ਜੇ ਇਹੀ ਦੋ ਮੁੱਦੇ ਤੁਸੀਂ ਬਾਕੀ ਵੀ ਛੱਡ ਦਿਓ ਜੇ ਭ੍ਰਿਸ਼ਟਾਚਾਰ ਔਰ ਸਿੱਧੇ ਤੌਰ ਤੇ ਬਾਦਲ ਇਹਦੇ ਲਈ ਜ਼ਿੰਮੇਵਾਰ ਔਰ ਪੰਜਾਬ ਚ ਡਰੱਗਸ ਕਿਸ ਤਰੀਕੇ ਨਾਲ ਬਾਦਲਿਆ ਆ ਰਿਹਾ ਹੈ ਏਜੰਸੀਆਂ ਲਿਆ ਰਹੀਆਂ ਮਜੀਠੀਆਂ ਲਿਆ ਰਹਿ ਜੇ ਇਹਨਾਂ ਦੋ ਮੁੱਦਿਆਂ ਨੂੰ ਵੀ ਉਹ ਆਧਾਰ ਬਣਾਉਣ ਨੂੰ ਤਿਆਰ ਨਹੀਂ ਹੋਏ ਜਿਹਦੇ ਕਰਕੇ ਉਹਨਾਂ ਦੇ ਸ਼ਸ਼ੀਕਾਂਦ ਵਰਗੇ ਬੰਦੇ ਵੀ ਨਿਰਾਸ਼ ਹੋ ਕੇ ਪਾਸੇ ਬੈਠ ਗਏ ਤੇ ਮੈਂ ਸਮਝਦਾ ਵੀ ਸਾਡੇ ਜਿਹੜੇ ਵੀਰ ਅੱਜ ਬੜੇ ਉਤਸ਼ਾਹ ਦੇ ਨਾਲ ਉਹਨਾਂ ਨੂੰ ਜੁਆਇਨ ਕਰ ਰਹੇ ਨੇ ਝਾੜੂ ਜਿਹੜੇ ਨੇ ਸਿਰਾਂ ਨਾਲ ਬੰਨੇ ਹੋਏ ਨੇ ਔਰ ਕਿਸ ਸਥਿਤੀ ਦੇ ਵਿੱਚ ਉਹ ਆਪਣੇ ਆਪ ਨੂੰ ਸੁੱਟ ਰਹੇ ਨੇ ਸੋ ਇਹ ਗੱਲ ਤੁਰਨੀ ਨਹੀਂ ਹੈ ਕਿਸੇ ਪਾਸੇ ਵੀ ਲੇਕਿਨ ਜਿਵੇਂ ਵੀਰ ਹਰਜਿੰਦਰ ਸਿੰਘ ਇੱਕ ਪੰਥਪਰਸਤ ਵੀਰ ਨੇ ਸੋ ਜ਼ਾਹਰ ਹੈ ਵੀ ਜਿਹੜੇ ਵੀ ਪੰਥ ਨੂੰ ਪਿਆਰ ਕਰਨ ਵਾਲਿਆਂ ਨੇ ਉਥੋਂ ਦੇ ਹਾਲਾਤ ਚ ਦੇਖਦੇ ਨੇ ਵੀ ਕੁਛ ਨਾ ਕੁਛ ਚੰਗੀ ਚੀਜ਼ ਸਾਹਮਣੇ ਆਏ ਪਰ ਮੈਂ ਸਮਝਦਾ ਹਾਂ ਵੀ ਇਨ੍ਹਾਂ ਤਿਲਾਂ ਦੇ ਵਿੱਚ ਵੀ ਤੇਲ ਨਹੀਂ ਹੈ ਭਾਵੇਂ ਠੀਕ ਹੈ ਕਿ ਵੀ ਇਹ ਤਿਲ ਬਿਲਕੁਲ ਬਵਾੜ ਵਾਂਗ ਨਹੀਂ ਨੇ ਛੁੱਟੇ ਤਿਲ ਬਵਾੜ ਜਿਓਂ ਸੁੰਝੇ ਅੰਦਰ ਖੇਤ ਬੁਆੜ ਸ਼ਾਇਦ ਨਹੀਂ ਹੈ ਲੇਕਿਨ ਇਹਨਾਂ ਚੋਂ ਕਟੋ-ਕਟ ਸਿੱਖਾਂ ਦੇ ਮਤਲਬ ਦਾ ਤੇਲ ਨਹੀਂ ਨਿਕਲਣਾ ਇਹ ਗੱਲ ਇਹਨਾਂ ਦਾ ਸਾਰੀ ਜਿੰਨੀ ਕੁ ਮੈਂ ਗੱਲਾਂ ਕੀਤੀਆਂ ਨੇ ਉਹਨਾਂ ਚੋਂ ਇਹ ਪ੍ਰਭਾਵ ਜ਼ਰੂਰ ਮੈਂ ਦੇ ਸਕਦਾ ਜੀ ਜੀ ਡਾਕਟਰ ਸਾਹਿਬ ਇਸ ਤੋਂ ਨਾਲ ਨੇ ਬ੍ਰੇਕ ਵੀਅਰ ਸਨਸਾਈਜ਼ਰਾਂ ਜੁੜੇ ਰਿਹਾ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ